ਸ਼ਹਿਰ ਦੇ ਵਿੱਚ 3 ਵਾਰਦਾਤਾਂ ਹੋਈਆਂ ਸੀ ਸਨੈਚਿੰਗ ਦੀਆਂ, ਜੋ ਕਿ ਥਾਣਾ ਮੋਕਮਪੁਰਾ, ਥਾਣਾ ਮਕਬੂਲਪੁਰਾ ਅਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ ਵੱਖ ਵਾਰਦਾਤਾਂ। ਅਤੇ ਇਹਦੇ ਵਿੱਚ 2 ਮੋਬਾਈਲ ਫੋਨ ਅਤੇ 1 ਸਪਲੈਂਡਰ ਮੋਟਰਸਾਈਕਲ ਆਪਣਾ ਸਨੈਚ ਹੋਇਆ ਸੀ। ਇਹ ਵਾਰਦਾਤਾਂ ਸੰਡੇ ਮੋਰਨਿੰਗ ਹੋਈਆਂ ਸੀ ਅਤੇ 3 ਥਾਣਿਆਂ 'ਚ ਵੱਖ ਵੱਖ ਮੁਕੱਦਮੇ ਦਰਜ ਹੋਏ ਸੀ। ਮੁਕੱਦਮਾ ਨੰਬਰ 73/24 ਥਾਣਾ ਮੋਕਮਪੁਰਾ, ਮੁਕੱਦਮਾ ਨੰਬਰ 111/24 ਮਕਬੂਲਪੁਰਾ ਅਤੇ ਮੁਕੱਦਮਾ ਨੰਬਰ 121/24 ਥਾਣਾ ਸੁਲਤਾਨਵਿੰਡ। ਅਤੇ ਮੋਕਮਪੁਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਤਹਿਤ, ਅਤੇ ਟੀਮਸ ਬਣਾ ਕੇ ਅਤੇ ਇਹਨਾਂ ਨੇ 5 ਦੋਸ਼ੀ ਗ੍ਰਿਫਤਾਰ ਕੀਤੇ ਹੈ, ਜਿਨ੍ਹਾਂ ਦਾ ਨਾਮ ਹੈ ਸਰਗਨਦੀਪ ਸਿੰਘ, ਗੁਰਜੀਤ ਸਿੰਘ, ਆਸ਼ੀਸ਼, ਅੰਮ੍ਰਿਤ ਅਤੇ ਦਿਲਪ੍ਰੀਤ ਸਿੰਘ। ਇੱਕ ਉਹਨਾਂ ਵਿੱਚੋਂ 5 'ਚੋਂ ਇੱਕ ਜੁਵਨਾਇਲ ਹੈ ਜਿਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ। ਅਤੇ ਸਾਨੂੰ ਜੋ ਪਤਾ ਚੱਲਿਆ, 6 ਮੈਂਬਰੀ ਗਰੋਹ ਹੈਗਾ ਜਿਹੜਾ ਅਰਲੀ ਮੋਰਨਿੰਗ ਵਾਰਦਾਤਾਂ ਕਰਦਾ ਸੀ ਸਨੈਚਿੰਗ ਦੀਆਂ, ਅਤੇ ਇੱਕ ਮੁੰਡਾ ਫਰਾਰ ਹੈ। ਅਤੇ ਜਿਹੜਾ ਜੁਵਨਾਇਲ ਹੈ ਉਹਨੂੰ ਅਸੀਂ ਲੁਧਿਆਣੇ ਜੁਵਨਾਇਲ ਹੋਮ ਭੇਜਤਾ, ਬਾਕੀ 4 ਨੂੰ ਅਸੀਂ ਪੁਲਿਸ ਰਿਮਾਂਡ 'ਤੇ ਲਿੱਤਾ। ਅਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇੱਕ ਐਕਟਿਵਾ, 2 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ। ਉਹਦੇ 'ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹਦਾ ਸਨੈਚ ਹੋਇਆ ਸੀ ਉਹ ਵੀ ਹੋ ਗਿਆ, ਅਤੇ 2 ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ। ਅਤੇ ਇੱਕ ਐਕਟਿਵਾ ਅਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ। ਥੈਂਕ ਯੂ। ਇਹ ਬੇਸਿਕਲੀ ਬੀ ਡਿਵੀਜ਼ਨ ਏਰੀਆ, ਸੁਲਤਾਨਵਿੰਡ ਏਰੀਆ ਅਤੇ ਮੋਕਮਪੁਰਾ ਏਰੀਆ ਅਤੇ ਵੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਵਾਰਦਾਤ ਕਰਦੇ ਨੇ। ਅਸੀਂ ਸਾਰੇ CCTV ਕੈਮਰਾਜ਼ ਵਗੈਰਾ ਐਕਸਪਲੋਰ ਕੀਤੇ ਸੀਗੇ ਅਤੇ ਉਹਦੇ 'ਚ ਵੀ ਸਾਹਮਣੇ ਆਏ। ਜੁਵਨਾਇਲ ਅੰਡਰ 18 ਹੈਗਾ ਜੀ। ਹਾਂਜੀ, ਉਹ ਪੜ੍ਹਦਾ ਸੀਗਾ। ਇਸ ਏਰੀਆ ਦੇ ਰਹਿਣ ਵਾਲੇ, ਸੁਲਤਾਨਵਿੰਡ ਬੀ ਡਿਵੀਜ਼ਨ ਦੇ ਰਹਿਣ ਵਾਲੇ ਹੈ ਜੀ। ਇਹ ਅਰਲੀ ਮੋਰਨਿੰਗ ਕਰਦੇ ਸੀਗੇ ਵਾਰਦਾਤਾਂ, ਇਹ ਅਰਾਊਂਡ 1:30-2 ਵਜੇ ਸ਼ੁਰੂ ਹੁੰਦੇ ਸੀ ਅਤੇ 4-5 ਵਜੇ ਤੱਕ ਸਵੇਰੇ ਵਾਰਦਾਤਾਂ ਕਰਦੇ ਸੀ। ਟਾਰਗੇਟ ਜਿਹੜੇ ਰਾਹਗੀਰ ਹੁੰਦੇ ਸੀ, ਜਾਂ ਕੋਈ ਆਪਣੇ ਕੋਈ ਕੰਮ 'ਤੇ ਜਾ ਰਿਹਾ, ਕੋਈ ਕੰਮ ਤੋਂ ਆ ਰਿਹਾ, ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਸੀਗੇ। ਹਾਲੇ ਬੇਸਿਕਲੀ ਅਸੀਂ ਜਿਹੜਾ ਸੰਡੇ ਮੋਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ 3 ਵਾਰਦਾਤਾਂ, ਅਤੇ ਹੋਰ ਵੀ ਅਸੀਂ ਉਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਅਤੇ ਮਾਨਯੋਗ ਅਦਾਲਤ ਨੇ 2 ਦਿਨ ਦਾ ਦਿੱਤਾ ਪੁਲਿਸ ਰਿਮਾਂਡ 'ਤੇ। ਅਸੀਂ ਹੁਣ ਜਿਹੜੇ ਤਾਂ ਫੜੇ ਗਏ ਹੈ, 2 ਹੈਗੇ ਹੈ 23-24 ਸਾਲ ਦੇ ਅਤੇ 2 18 ਸਾਲ ਦੇ ਨੇ। ਇਹ ਕੁਛ ਨਹੀਂ ਕਰਦੇ ਜੀ, ਇਹ ਵਿਹਲੇ ਰਹਿੰਦੇ ਆ ਜੀ। ਉਹ ਅਸੀਂ RTO ਆਫਿਸ ਤੋਂ ਵੈਰੀਫਾਈ ਕਰ ਰਹੇ ਹਾਂ। ਪਹਿਲਾਂ ਇਹਨਾਂ 'ਤੇ ਕੋਈ ਪਰਚਾ ਦਰਜ ਨਹੀਂ ਹੈ, ਇਹ ਫਰੈਸ਼ਰਸ ਨਹੀਂ ਹੈ। ਟੂ ਅਰਲੀ ਟੂ ਸਹੀ, ਹਾਲੇ ਤਾਂ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੀ ਹੈ ਜੀ ਅਤੇ ਰਿਮਾਂਡ ਲਿੱਤਾ ਸਾਨੂੰ, ਹੁਣ ਅਸੀਂ ਪੁਲਿਸ ਰਿਮਾਂਡ 'ਤੇ ਕਰਾਂਗੇ। ਦੇਖੋ, ਜਿਸ ਹਿਸਾਬ ਨਾਲ ਇਹਨਾਂ ਨੇ ਕੀਤੀਆਂ ਅਸੀਂ ਐਕਸਪਲੋਰ ਤਾਂ ਕਰਾਂਗੇ ਅਤੇ ਹੋਰ ਵੀ ਥਾਣਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਥਾਣੇ 'ਚ ਇਹਨਾਂ ਨੇ ਵਾਰਦਾਤਾਂ ਕੀਤੀ। ਹਾਲੇ ਤਾਂ ਜਿਹੜੀ ਇਹਨਾਂ ਨੇ ਉਹਨਾਂ ਕੀਤੀਆਂ ਪ੍ਰੀਲਿਮਨਰੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜਿਹੜਾ FIR ਨੰਬਰ 161/24 ਹੈ ਉਹਦੇ 'ਚ ਅਕਿਊਜ਼ ਹੈਗਾ ਸਾਹਿਲ ਅਲਾਇਸ ਕਾਲੂ, ਉਹਦੇ 'ਤੇ ਆਲਰੇਡੀ 21 ਪਰਚੇ ਸੀਗੇ, 307 ਦੇ ਵੀ, 379 ਬੀ ਦੇ ਵੀ ਪਰਚੇ ਸੀ, ਨਾਲ NDPS ਐਕਟ ਦੇ ਵੀ ਪਰਚੇ ਸੀ।
ਉੱਤੇ ਇੱਕ ਪਰਚਾ ਸੀਗਾ 452 ਅਤੇ 423 ਦਾ, ਅਤੇ ਥਾਣੇ ਦੀ ਪੁਲਿਸ ਉਹਨੂੰ ਅਰੈਸਟ ਕਰਨ ਗਈ ਸੀ ਅੰਡਰ ਦ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ। ਅਤੇ ਜਦੋਂ ਅਰੈਸਟ ਕਰਨ ਗਈ ਅਤੇ ਉਹ ਕਾਲੂ ਭੱਜੇ ਆਪਣੇ ਉੱਥੋਂ, ਅਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ। ਅਤੇ ਜਦੋਂ ਉਹਨੂੰ ਅਰੈਸਟ ਕੀਤਾ, ਉਹਦੀ ਸਰਚ ਵਿੱਚੋਂ, ਜਮ੍ਹਾਂ ਤਲਾਸ਼ੀ ਵਿੱਚੋਂ ਉੱਤੋਂ ਹੀਰੋਇਨ ਵੀ ਮਿਲੀ, 265 ਗ੍ਰਾਮ ਹੀਰੋਇਨ ਮਿਲੀ। ਅਤੇ ਜਿਹੜੇ 452 ਅਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਅਸੀਂ ਪਾਈ ਹੈ, ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ। ਅਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਓਪਰੇਟ ਕਰਦਾ ਸੀ ਅਤੇ ਸਾਰਿਆਂ ਨੂੰ ਉੱਥੇ ਇਹੀ ਸਪਲਾਈ ਕਰਦਾ ਸੀ, ਅਤੇ ਇਹਨੂੰ ਆਪਣਾ ਫੜ ਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਸਰ ਇਹ ਉਹੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਇੰਜਰਡ ਹੋਇਆ ਸੀ? ਉਹੀ ਹੈ ਜੀ, ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ, ਹਾਂਜੀ ਹਾਂਜੀ ਬਿਲਕੁਲ 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 ਉਹੀ ਹੈ। ਇਹਦੇ 'ਤੇ 21 ਮੁਕੱਦਮੇ ਹੋਰ ਦਰਜ ਹੈਗੇ ਜੀ। ਉਹ ਹਾਲੇ ਅਸੀਂ ਰਿਕਾਰਡ ਚੈੱਕ ਕਰਾ ਰਹੇ ਹਾਂ, ਬਾਕੀ ਕਈ ਮੁਕੱਦਮੇ 'ਚ ਔਨ ਬੇਲ ਵੀ ਹੈ ਜੀ। ਨਹੀਂ, ਮੇਨ ਡਰੱਗਸ ਦਾ ਵੀ, ਆਪਣਾ ਸਨੈਚਿੰਗ ਦਾ ਵੀ, ਚੋਰੀ ਦਾ ਵੀ, ਅਤੇ ਸਨੈਚਿੰਗ ਚੋਰੀ ਅਤੇ ਡਰੱਗਸ ਦਾ ਮੇਨ ਇਹਦਾ ਹੈਗਾ ਜੀ। ਇਹ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵੱਖ ਵੱਖ ਮਾਮਲਿਆਂ 'ਚ ਇਹਦੇ ਦਰਜ ਹੈਗੇ ਜੀ, ਮੁਕੱਦਮੇ ਦਰਜ ਨੇ। ਇਹ ਹਾਲੇ ਇਕੱਲਾ ਹੀ ਸੀਗਾ ਜੀ, ਸਾਹਿਲ ਲੈਸ ਕਾਲੋ। ਹਾਂਜੀ ਹਾਂਜੀ, ਪਰਿਵਾਰਿਕ ਜਿੱਥੇ 21 ਮੁਕੱਦਮੇ ਦਰਜ ਨੇ, ਨੋਟੋਰੀਅਸ ਬੰਦਾ ਹੀ ਹੈ ਜੀ। ਇੱਕ ਜਿਹੜਾ ਦੂਸਰਾ ਮੁਕੱਦਮਾ ਹੈਗਾ 157/24, ਉਹਦੇ 'ਚ ਗੌਰਵ ਅਤੇ ਸੰਦੀਪ ਅਸੀਂ ਗ੍ਰਿਫਤਾਰ ਕੀਤੇ ਹੈ। ਉਹਨਾਂ ਦੀ ਏਜ ਹੈਗੀ 20-21 ਸਾਲ ਹੈਗੀ ਹੈ। ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ, ਇੱਕ ਐਕਟਿਵਾ, ਇੱਕ ਮੋਟਰਸਾਈਕਲ ਦੀ ਕੀਤੀ ਹੈ, ਇੱਕ ਮੋਬਾਈਲ ਫੋਨ ਅਤੇ ਇੱਕ ਪਿਸਟਲ, ਅਤੇ 2 ਰਾਊਂਡ ਦੀ ਅਸੀਂ ਰਿਕਵਰੀ ਕੀਤੀ ਹੈ। ਇਹ 6 ਬਾਈਪਾਸ ਦੇ ਰਹਿਣ ਵਾਲੇ ਹੈ ਅਤੇ ਇਹਨਾਂ 'ਤੇ ਵੀ ਆਪਣਾ ਵੱਖ ਵੱਖ ਮੁਕੱਦਮੇ ਦਰਜ ਹੈਗੇ ਹੈ, 307 ਦੇ ਵੀ ਹੈਗੇ ਹੈ ਅਤੇ 379B ਦੇ ਵੀ ਹੈਗੇ, ਅਤੇ ਬੇਸਿਕਲੀ ਨਸ਼ੇੜੀ ਹੈਗੇ ਹੈ ਇਹਨਾਂ ਦਾ। ਜੋ ਸਾਨੂੰ ਪ੍ਰੀਲਿਮਨਰੀ ਇਨਕੁਆਇਰੀ ਤੋਂ ਪਤਾ ਚੱਲਿਆ, ਇਹਨਾਂ ਦਾ ਇੱਕ ਹੋਰ ਸਾਥੀ ਹੈ, ਉਹ ਵੀ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ, ਅਤੇ ਅਸੀਂ ਟੀਮਸ ਬਣਾ ਕੇ ਅਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ। ਇਹਨਾਂ ਦੀ 20-21 ਸਾਲ ਹੈ ਜੀ। ਹਾਂਜੀ, ਨਹੀਂ ਇਹ ਕੋਈ 10ਵੀਂ ਪਾਸ ਹੈ, ਕੋਈ 8ਵੀਂ ਪਾਸ ਹੈ ਜੀ। ਬੇਸਿਕਲੀ ਜਿਨ੍ਹਾਂ 'ਤੇ ਇੰਨੇ ਮੁਕੱਦਮੇ ਦਰਜ ਨੇ, ਜ਼ਿਆਦਾਤਰ ਸਨੈਚਿੰਗ ਅਤੇ ਨੋਟੋਰੀਅਸ ਐਕਟੀਵਿਟੀਜ਼ ਦੇ ਚੀਜ਼। ਹਾਂਜੀ, ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਂ, ਹਾਲੇ ਸਾਡੇ ਨੋਟਿਸ 'ਚ ਨਹੀਂ ਆਇਆ।